ਸਤਿ ਅਕਾਲ ਜੀ, ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਬਹੁਤ ਹੀ ਸੋਹਣੇ ਸੂਟ ਜਿਹੜੇ ਆਪਾਂ ਨਵੇਂ ਰੈਡੀ ਕੀਤੇ ਆ। ਸੋ ਜਿਵੇਂ ਹੁਣ ਵਿਆਹਾਂ ਦਾ ਸੀਜ਼ਨ ਚੱਲੀ ਜਾਂਦਾ, ਸਾਰਿਆਂ ਨੂੰ ਇੱਦਾਂ ਹੁੰਦਾ ਕਿ ਅਸੀਂ ਇਹੋ ਜਿਹਾ ਸੂਟ ਪਾਈਏ ਜਿਹੜਾ ਪੂਰੇ ਵਿਆਹ 'ਚ ਵੀ ਕਿਸੇ ਦਿਨ ਪਾਇਆ ਹੋਵੇ। ਸੋ ਸਾਰੇ ਸੂਟ ਹੀ ਬਹੁਤ ਸੋਹਣੇ ਹੈਂਡਵਰਕ ਦੇ ਉੱਤੇ ਰੈਡੀ ਹੋਏ ਨੇ ਅਤੇ ਆਪਣੀ ਵਰਕਸ਼ਾਪ ਦੇ ਵਿੱਚ ਬਣੇ ਨੇ। ਸੋ ਆਪਾਂ ਤੁਹਾਨੂੰ ਸਾਰੇ ਸੂਟ ਦਿਖਾਵਾਂਗੇ, ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰਾ ਵੇਖਿਓ। ਬਾਕੀ ਤੁਸੀਂ ਕੈਸ਼ ਔਨ ਡਿਲੀਵਰੀ ਵੀ ਕਰ ਸਕਦੇ ਹੋ, ਸ਼ਿਪਿੰਗ ਆਪਣੀ ਪੂਰੇ ਇੰਡੀਆ ਦੇ ਵਿੱਚ ਫ੍ਰੀ ਹੁੰਦੀ ਆ ਅਤੇ ਆਪਾਂ ਇੰਟਰਨੈਸ਼ਨਲ ਵੀ ਕੋਰੀਅਰ ਕਰਦੇ ਹਾਂ। ਜੇ ਤੁਹਾਡਾ ਬਿੱਲ 40,000 ਤੋਂ ਵੱਧ ਬਣਦਾ, ਸ਼ਿਪਿੰਗ ਤੁਹਾਨੂੰ ਬਿਲਕੁਲ ਫ੍ਰੀ ਕਰਾਂਗੇ। ਸੂਟ ਤੁਸੀਂ ਸਟਿਚ ਕਰਾ ਕੇ ਵੀ ਲੈ ਸਕਦੇ ਹੋ ਅਤੇ ਅਨਸਟਿਚ ਵੀ, ਅਤੇ ਆਪਣੇ ਸਟੋਰ 'ਤੇ ਵਿਜ਼ਿਟ ਕਰ ਸਕਦੇ ਹੋ। ਆਪਣੇ ਸਟੋਰ 'ਤੇ ਵੇਖੋ, ਬਹੁਤ ਸਾਰੇ ਸੂਟ ਹੈਗੇ ਨੇ ਜਿਹੜੇ ਹੈਂਡਵਰਕ 'ਤੇ ਆਪਾਂ ਰੈਡੀ ਕੀਤੇ ਪਏ ਨੇ। ਬਾਕੀ ਤੁਸੀਂ ਆਪਣੀ ਚੋਇਸ ਦਾ ਕੋਈ ਵੀ ਡਿਜ਼ਾਇਨ ਰੈਡੀ ਕਰਵਾ ਸਕਦੇ ਹੋ, ਸੂਟ ਵੀ ਲਹਿੰਗਾ ਵੀ ਰੈਡੀ ਕਰਵਾ ਸਕਦੇ ਹੋ। ਸਾਡਾ ਸਟੋਰ ਬਣਿਆ ਹੋਇਆ ਐਰੋ ਹਾਫ ਮਾਰਕੀਟ ਬਣੀ ਆ ਰਾਏਕੋਟ ਰੋਡ 'ਤੇ, ਉਹਦੇ ਸਟੋਰ ਬਣਿਆ ਫਾਨੋ ਸਟਾਈਲ। ਤੁਸੀਂ ਗੂਗਲ 'ਤੇ ਫਾਨੋ ਸਟਾਈਲ ਮੁੱਲਾਪੁਰ ਲੈ ਕੇ ਸਰਚ ਕਰੋਗੇ, ਤੁਹਾਨੂੰ ਪ੍ਰੋਪਰ ਲੋਕੇਸ਼ਨ ਮਿਲ ਜੂਗੀ। ਫਾਨੋ ਸਟਾਈਲ ਸਾਡਾ ਇੰਸਟਾਗ੍ਰਾਮ ਪੇਜ ਆ, ਇਹਦੇ ਨਾਲ ਆਈ ਵੀ ਜਾਂਦਾ, ਉਹਨੂੰ ਜ਼ਰੂਰ ਫੋਲੋ ਕਰ ਲਓ, ਕਿਉਂਕਿ ਜਿਵੇਂ ਜਿਵੇਂ ਸਾਡੇ ਸੂਟ ਵਰਕ ਹੁੰਦੇ ਆ, ਲਹਿੰਗੇ ਵਰਕ ਹੁੰਦੇ ਆ, ਆਪਾਂ ਪ੍ਰੋਪਰ ਉੱਥੇ ਵੀਡੀਓ ਪਾਉਂਦੇ ਹਾਂ। ਕੋਈ ਵੀ ਨਵਾਂ ਡਿਜ਼ਾਈਨ ਰੈਡੀ ਹੁੰਦਾ ਆਪਾਂ ਇੰਸਟਾਗ੍ਰਾਮ 'ਤੇ ਜ਼ਰੂਰ ਵੀਡੀਓ ਪਾਉਂਦੇ ਹਾਂ, ਸੋ ਉਹਨੂੰ ਜ਼ਰੂਰ ਫੋਲੋ ਕਰ ਲਓ। ਅਤੇ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਆਪਣਾ ਪਹਿਲਾ ਸੂਟ ਜਿਹੜਾ ਸਾਰੇ ਬਹੁਤ ਪਸੰਦ ਕਰਦੇ ਆ, ਸਪੈਸ਼ਲੀ ਆਪਾਂ ਜਾਗੋ ਲਈ ਰੈਡੀ ਕੀਤਾ ਹੋਇਆ। ਆਹ ਵੇਖੋ, ਇਹ ਫੁਲਕਾਰੀ ਵਾਲਾ ਸੂਟ ਆ, ਖਾਦੀ ਸਿਲਕ 'ਤੇ, ਰੋ ਸਿਲਕ 'ਤੇ ਬਣਿਆ ਹੋਇਆ। ਇਹ ਸਾਰੇ ਦੇ ਉੱਤੇ ਹੈਂਡਵਰਕ ਦਾ ਕੰਮ ਕੀਤਾ ਹੋਇਆ। ਆਹ ਵੇਖੋ, ਪੂਰਾ ਨੈਕ ਬਣਿਆ ਹੋਇਆ, ਫਰੰਟ ਬਣਿਆ ਹੋਇਆ। ਸੋ ਲੈਂਥ ਜਿਨ੍ਹਾਂ ਦੀ 39-42 ਤੱਕ ਆਉਂਦੀ ਹੈ ਨਾ, ਉਹਨਾਂ ਦੀ ਲੈਂਥ ਬਣ ਜੂਗੀ ਇਹਦੀ। ਅਤੇ ਆਹ ਵਾਲਾ ਵਰਕ ਹੈਗਾ ਬਾਹਾਂ ਦੇ ਉੱਤੇ, ਅਤੇ ਆਹ ਵਾਲਾ ਵਰਕ ਇਹਦੇ ਬੈਕ ਪੱਲੇ 'ਤੇ ਆ। ਸੋ ਸੇਮ ਵਰਕ ਸਿਲਕ ਦੀ ਬੋਟਮ ਆ ਅਤੇ ਇਹਦੇ ਪੌਂਚਿਆਂ ਦੇ ਉੱਤੇ ਆ। ਆਹ ਵੇਖੋ, ਅਤੇ ਨਾਲ ਚਨੋਨ ਦਾ ਦੁਪੱਟਾ ਇਹਦੇ ਫੋਰ ਸਾਈਡ ਬਣਿਆ ਹੋਇਆ ਵਰਕ ਵਾਲਾ। ਸੋ ਜੇ ਤੁਸੀਂ ਨਹੀਂ ਦੇਖਿਆ ਤਾਂ ਆਪਾਂ ਨਾਲ ਵੀਡੀਓ ਆਵਾਂਗੇ ਸੂਟ ਦੀ, ਤੁਸੀਂ ਸਟਿਚ ਹੋਇਆ ਦੇਖਿਓ, ਸੂਟ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ। ਸੋ ਤੁਸੀਂ ਵੀ ਇਹ ਸੂਟ ਜਾਗੋ 'ਤੇ ਪਾ ਸਕਦੇ ਹੋ। ਚੀਜ਼ ਬਹੁਤ ਡਿਫਰੈਂਟ ਜਿਹੀ ਲੁੱਕ ਆ ਅਤੇ ਕਲਾਸੀ ਜਿਹਾ ਸੂਟ ਆ, ਇਹ ਡਿਜ਼ਾਈਨਰ ਜਿਹਾ ਪੀਸ ਬਣਿਆ ਹੋਇਆ। ਸੋ ਸਾਡਾ ਵਟਸਐਪ ਨੰਬਰ ਨੀਚੇ ਆਈ ਜਾਂਦਾ, ਤੁਹਾਨੂੰ ਜਿਹੜਾ ਵੀ ਸੂਟ ਪਸੰਦ ਆਊਗਾ ਸਾਨੂੰ ਪਲੀਜ਼ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਦਿਆ ਕਰੋ, ਕਿਉਂਕਿ ਜਦੋਂ ਤੁਸੀਂ ਸਕਰੀਨਸ਼ਾਟ ਭੇਜਦੇ ਹੋ ਨਾ ਤਾਂ ਈਜ਼ੀਲੀ ਪਤਾ ਲੱਗ ਜਾਂਦਾ, ਫੋਟੋ ਵੀ ਕਲੀਅਰ ਹੁੰਦੀ ਆ ਵੀ ਤੁਹਾਨੂੰ ਆਹ ਚੀਜ਼ ਚਾਹੀਦੀ, ਆਪਾਂ ਤੁਹਾਨੂੰ ਕੋਰੀਅਰ ਕਰ ਦਾਂਗੇ। ਬਾਕੀ ਜੇ ਤੁਸੀਂ ਸਟੋਰ 'ਤੇ ਆ ਕੇ ਲੈਣਾ ਤਾਂ ਇੱਥੇ ਆ ਕੇ ਵੀ ਸੂਟ ਲੈ ਸਕਦੇ ਹੋ। ਜੀ ਆਪਣਾ ਨੈਕਸਟ ਸੂਟ ਆ ਗਿਆ, ਰਸਟ ਕਲਰ ਦੇ ਉੱਤੇ ਸ਼ਿਮਰ ਸਿਲਕ 'ਤੇ ਇਹ ਸੂਟ ਬਣਿਆ ਹੋਇਆ। ਸੋ ਪਹਿਲਾਂ ਦੇਖੋ ਇਹਦੇ ਨੈਕ 'ਤੇ ਵਰਕ ਹੋਇਆ ਹੋਇਆ, ਵੀ ਨੈਕ ਬਣਿਆ ਹੋਇਆ ਅਤੇ ਇਹਦੇ 'ਤੇ ਹੈਂਡ ਵਰਕ ਹੋਇਆ, ਮਿਰਰ ਵਰਕ, ਪਰਲ ਦਬਕੇ ਦਾ ਸਿੱਪੀ ਵਰਕ ਹੋਇਆ ਹੋਇਆ, ਅਤੇ ਪਲੇਨ ਸੈਂਟਰ ਰਹੂਗਾ ਸੂਟ ਦਾ, ਅਤੇ ਫਿਰ ਘੇਰੇ ਦੇ ਵਰਕ ਆਇਆ। ਅਤੇ ਲੈਂਥ ਜਿਨ੍ਹਾਂ ਦੀ 40-44 ਤੱਕ ਬਣਦੀ, ਉਹਨਾਂ ਦੇ ਵਧੀਆ ਲੈਂਥ ਬਣ ਜੂਗੀ। ਅਤੇ ਆਹ ਵਾਲਾ ਵਰਕ ਬਾਹਾਂ ਦੇ ਉੱਤੇ ਆ, ਆਹ ਵਾਲਾ ਤੁਹਾਡਾ ਸ਼ੋਲਡਰ ਦੇ ਉੱਤੇ ਆਜੂਗਾ ਅਤੇ ਆਹ ਬਾਂਹ ਦੀ ਮੂਰੀ ਆਜੂਗੀ। ਸੋ ਇਹ ਹੋ ਗਈ ਸ਼ਿਮਰ ਦੀ ਸ਼ਰਟ, ਅਤੇ ਇਹਦੀ ਬੋਟਮ ਹੈਗੀ ਆ ਬਰੋਕਿਟ ਦੇ ਉੱਤੇ। ਆਹ ਵੇਖੋ, ਸੋ ਇਹ ਤੁਸੀਂ ਪਲਾਜ਼ੋ ਸਲਵਾਰ ਸੂਟ, ਸਟਰੇਟ ਸਲਵਾਰ ਕੁਛ ਵੀ ਬਣਾ ਸਕਦੇ ਹੋ, ਅਤੇ ਇਹਦੇ 'ਤੇ ਵੀ ਹੈਂਡ ਵਰਕ ਹੋਇਆ ਹੋਇਆ। ਸੋ ਬਹੁਤ ਡਿਫਰੈਂਟ ਜਿਹੀ ਲੁੱਕ ਆਊਗੀ ਇਹ ਪਾਉਣ ਤੋਂ ਬਾਅਦ। ਅਤੇ ਇਹਦੇ ਨਾਲ ਜਿਹੜਾ ਦੁਪੱਟਾ ਉਹ ਹੈਗਾ ਔਰਗੈਨਜ਼ਾ ਦਾ, ਸ਼ਿਮਰ ਔਰਗੈਨਜ਼ਾ ਦਾ, ਡਬਲ ਸ਼ੇਡ ਸ਼ਾਈਨਿੰਗ ਆਉਂਦੀ ਆ ਵਿੱਚ, ਅਤੇ ਦੁਪੱਟਾ ਸਿੰਪਲ ਰੱਖਿਆ ਅਤੇ ਬੜਾ ਸੋਬਰ ਜਿਹਾ ਸੂਟ ਬਣੂਗਾ ਸਟਿਚ ਹੋਣ ਤੋਂ ਬਾਅਦ। ਜੀ ਆਪਣਾ ਨੈਕਸਟ ਸੂਟ ਆ ਗਿਆ, ਇਹ ਵੀ ਬਣਿਆ ਹੋਇਆ ਕਰੋਸ ਸਿਲਕ ਦੇ ਉੱਤੇ। ਸੋ ਆਹ ਵੇਖੋ, ਇਹ ਸਾਰੇ ਬਹੁਤ ਪਸੰਦ ਕਰਦੇ ਆ, ਅਸੀਂ ਇੰਸਟਾਗ੍ਰਾਮ 'ਤੇ ਵੀ ਪਾਇਆ ਸੀਗਾ। ਇਹ ਹੋ ਗਿਆ ਘੇਰਾ, ਇਹ ਸਾਰਾ ਹੈਂਡਵਰਕ 'ਤੇ ਬਣਿਆ ਹੋਇਆ, ਪਰਲ ਲੱਗੇ ਹੋਏ ਨੇ, ਮਿਰਰ ਵਰਕ ਹੋਇਆ ਹੋਇਆ, ਅਤੇ ਫਿਰ ਨੈਕ ਬਣਿਆ ਹੋਇਆ। ਸੋ ਲੈਂਥ ਜਿਨ੍ਹਾਂ ਦੀ 40-44 ਤੱਕ ਆਉਂਦੀ ਹੈ ਨਾ, ਵਧੀਆ ਲੈਂਥ ਬਣ ਜੂਗੀ। ਸੂਟ ਬਿਲਕੁਲ ਸਿੰਪਲ ਆ ਕਿਉਂਕਿ ਸੈਂਟਰ ਦੇ ਵਿੱਚੋਂ ਪਲੇਨ ਆ, ਬਟ ਬਾਹਾਂ ਇਹਦੀਆਂ ਬਹੁਤ ਹੈਵੀ ਨੇ। ਆਹ ਵੇਖੋ, ਉੱਤੇ ਮਿਰਰ ਵਰਕ ਹੋਇਆ, ਫੁੱਲ ਸਲੀਵਸ ਬਣਨਗੀਆਂ ਇੱਥੇ ਤੱਕ, 17 ਇੰਚ ਤੱਕ, 16 ਇੰਚ, 15 ਇੰਚ, ਤੁਸੀਂ ਜਿੰਨੀਆਂ ਮਰਜ਼ੀ ਰੱਖ ਸਕਦੇ ਹੋ, ਬਹੁਤ ਸੋਹਣੀ ਡਿਜ਼ਾਇਨਿੰਗ ਹੋਊਗੀ। ਅਤੇ ਆਹ ਵਾਲਾ ਵਰਕ ਹੈਗਾ ਪੌਂਚਿਆਂ ਦੇ ਉੱਤੇ, ਅਤੇ ਇਹਦੇ ਨਾਲ ਜਿਹੜਾ ਦੁਪੱਟਾ ਉਹ ਹੈਗਾ ਚਨੋਨ ਦਾ, ਅਤੇ ਬਹੁਤ ਪਿਆਰੀ ਪਰਲ ਵਾਲੀ ਲੈਸ ਲਾਈ ਆਪਾਂ ਨੂੰ।
ਆ ਵੇਖੋ 2.5 ਮੀਟਰ ਦਾ ਦੁਪੱਟਾ ਹੋਊਗਾ ਨਾਲ ਜੀ। ਨੈਕਸਟ ਸੂਟ ਆ ਗਿਆ ਆਪਣਾ ਸ਼ਿਮਰ ਸਿਲਕ ਦੇ ਉੱਤੇ, ਇਹਤੇ ਵੀ ਸਾਰੇ 'ਤੇ ਹੈਂਡ ਵਰਕ ਕੀਤਾ ਹੋਇਆ, ਘੇਰਾ ਬਣਿਆ ਹੋਇਆ ਇਹਦਾ ਆ ਵੇਖੋ, ਪੂਰਾ ਫਰੰਟ 'ਤੇ ਲਾਈਨਾਂ ਬਣੀਆਂ, ਬੀਡਸ ਲੱਗੀਆਂ ਨੇ ਅਤੇ ਨੈੱਕ ਬਣਿਆ। ਲੈਂਥ ਸੇਮ ਉਹੀ 40 ਤੋਂ 44 ਤੱਕ ਆਉਂਦੀ ਹੈ, ਤੁਹਾਡੇ ਤਾਂ ਬਣ ਜੂਗਾ ਆਰਾਮ ਨਾਲ। ਅਤੇ ਆਹ ਵਾਲਾ ਵਰਕ ਬਾਹਾਂ ਦੇ ਉੱਤੇ, ਨਾਲ ਇਹਦੇ ਸਿਲਕ ਦੀ ਬੋਟਮ ਆ, ਸੋ ਮਸਟਰਡ ਸ਼ੇਡ ਆ ਇਹ। ਇਹ ਹੈਗਾ ਸ਼ਿਮਰ ਸਿਲਕ 'ਤੇ, ਅਤੇ ਦੁਪੱਟਾ ਹੈਗਾ ਔਰਗੈਂਜ਼ਾ ਦਾ ਟਾਈ ਐਂਡ ਡਾਈ। ਲਓ ਜੀ ਨੈਕਸਟ ਸੂਟ ਆ ਗਿਆ, ਇਹ ਹੈਗਾ ਪਿਓਰ ਔਰਗੈਂਜ਼ਾ ਦੇ ਉੱਤੇ, ਇਹ 'ਤੇ ਸਾਰੇ 'ਤੇ ਹੈਂਡ ਵਰਕ ਹੋਇਆ ਹੋਇਆ, ਸੋ ਤੁਹਾਨੂੰ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਕਿਉਂਕਿ ਘੇਰਾ ਬਣਿਆ ਅਤੇ ਫਰੰਟ ਦੇ ਉੱਤੇ ਬੀਡਸ ਲੱਗੀਆਂ ਹੋਈਆਂ ਨੇ ਅਤੇ ਇਹਦਾ ਨੈੱਕ ਨਹੀਂ ਬਣਿਆ ਹੋਇਆ। ਸੋ ਇਹ ਹੋ ਗਿਆ ਫਰੰਟ ਸੂਟ ਦਾ, ਸੇਮ ਵਰਕ ਇਹਦੀਆਂ ਬਾਹਾਂ ਦੇ ਉੱਤੇ ਵੀ ਆ, ਹਾਂ ਵੇਖੋ, ਅਤੇ ਨਾਲ ਪਿਓਰ ਕਰੇਵ ਦੀ ਬੋਟਮ ਆ ਇਹਦੇ ਨਾਲ। ਸੋ ਦੁਪੱਟਾ ਟਾਈ ਐਂਡ ਡਾਈ ਪਿਓਰ ਔਰਗੈਂਜ਼ਾ ਦੇ ਵਿੱਚ, ਆ ਵੇਖੋ 4 ਸਾਈਡ ਦੁਪੱਟਾ ਬਣਿਆ ਹੋਇਆ, ਹੈਵੀ ਵਰਕ ਹੋਇਆ ਹੋਇਆ, ਅਤੇ ਵਿੱਚ ਕੱਟ ਦਾਣੇ ਦੀਆਂ ਲਾਈਨਾਂ ਪਾਈਆਂ ਹੋਈਆਂ ਨੇ। ਹਾਂ ਵੇਖੋ, ਡਾਰਕ ਸੂਟ ਦੇ ਨਾਲ ਲਾਈਟ ਦੁਪੱਟੇ ਦਾ ਕਲਰ ਕੋਂਬੀਨੇਸ਼ਨ ਬਹੁਤ ਵਧੀਆ ਲੱਗਦਾ। ਇਹ ਸੂਟ ਵਿਆਹ 'ਤੇ ਜਾਗੋ 'ਤੇ ਪਾਉਂਗੇ, ਬਹੁਤ ਯੂਨੀਕ ਜੀ ਲੁੱਕ ਆਊਗੀ। ਸੋ ਹੁਣ ਆਪਾਂ ਰਿਵਿਊ ਵੇਖ ਲੈਂਦੇ ਹਾਂ, ਜਿਨ੍ਹਾਂ ਨੇ ਸੂਟ ਕੋਰੀਅਰ ਕੀਤੇ, ਉਹਨਾਂ ਨੇ ਸਾਨੂੰ ਮੈਸੇਜ ਕੀਤੇ, ਉਹਨਾਂ ਨੂੰ ਸੂਟ ਕਿੱਦਾਂ ਦੇ ਲੱਗੇ, ਸੋ ਉਹਨਾਂ ਦੀ ਹੁਣ ਫੋਟੋਜ਼ ਵੇਖ ਲੈਂਦੇ ਹਾਂ। ਲਓ ਜੀ, ਇਹਨਾਂ ਦੀਦੀ ਨੂੰ ਆਪਾਂ ਸੂਟ ਭੇਜਿਆ ਸੀਗਾ, ਇਹ ਕਹਿੰਦੇ ਆ ਦੀ ਪਾਰਸਲ ਮਿਲ ਗਿਆ, ਬਹੁਤ ਹੀ ਸੋਹਣਾ ਸੂਟ ਆ, ਫੈਬਰਿਕ ਵੀ ਬਹੁਤ ਹੀ ਜ਼ਿਆਦਾ ਸੋਹਣਾ, ਜਿੱਦਾਂ ਤੁਸੀਂ ਦਿਖਾਇਆ ਸੀ ਵੀਡੀਓ ਦੇ ਵਿੱਚ ਸੇਮ ਉੱਦਾਂ ਦਾ ਹੀ ਸੂਟ ਆ। ਅਤੇ ਨੈਕਸਟ ਵਿੱਚ ਕਹਿੰਦੇ ਆ, ਕੱਲ ਹੀ ਮੈਨੂੰ ਪਾਰਸਲ ਮਿਲਿਆ ਜੀ, ਸੂਟ ਬਹੁਤ ਸੋਹਣਾ ਸੀ, ਫੈਬਰਿਕ ਵੀ ਬਹੁਤ ਜ਼ਿਆਦਾ ਸੋਹਣਾ ਸੀ, ਕਲਰ ਬਿਲਕੁਲ ਸੇਮ ਸੀ ਜਿੱਦਾਂ ਵੀਡੀਓ ਦੇ ਵਿੱਚ ਤੁਸੀਂ ਦਿਖਾਇਆ, ਥੈਂਕ ਯੂ ਜੀ। ਸੋ ਇਹ ਕਹਿੰਦੇ ਆ, ਮੈਮ ਪਾਰਸਲ ਰਿਸੀਵ ਹੋ ਗਿਆ, ਅਮੇਜ਼ਿੰਗ ਐਕਸਪੀਰੀਅੰਸ, ਥੈਂਕ ਯੂ ਸੋ ਮੱਚ। ਸੋ ਇਹਨਾਂ ਨੂੰ ਆਪਾਂ ਸੂਟ ਸਟਿਚ ਕਰਕੇ ਭੇਜਿਆ ਸੀ, ਇਹ ਕਹਿੰਦੇ ਦੀਦੀ ਸਟਿਚਿੰਗ ਬਹੁਤ ਹੀ ਜ਼ਿਆਦਾ ਸੋਹਣੀ ਆ ਅਤੇ ਬਹੁਤ ਸੋਹਣਾ ਸੂਟ ਆ। ਇਹਨਾਂ ਨੂੰ ਵੀ ਆਪਾਂ ਸੂਟ ਸਟਿਚ ਕਰਕੇ ਭੇਜਿਆ ਸੀ, ਇਹਨਾਂ ਨੇ ਪਾ ਕੇ ਫੋਟੋ ਭੇਜੀ ਆਪਾਂ ਨੂੰ, ਅਤੇ ਕਾਵੇ ਖੋਏ ਵੀ ਆਪਾਂ ਸੂਟ ਸਟਿਚ ਕਰਕੇ ਭੇਜਿਆ ਸੀ, ਸੋ ਇਹਨਾਂ ਨੂੰ ਵੀ ਬਹੁਤ ਪਸੰਦ ਆਇਆ, ਇਹਨਾਂ ਨੇ ਆਪਾਂ ਨੂੰ ਫੋਟੋ ਭੇਜੀ ਆ, ਥੈਂਕ ਯੂ ਜੀ। ਅਤੇ ਨੈਕਸਟ ਵਿੱਚ ਕਹਿੰਦੇ ਆ, ਦੀ ਸੂਟ ਮਿਲ ਗਿਆ, ਥੈਂਕ ਯੂ ਸੋ ਮੱਚ ਫੋਰ ਦਿਸ ਬਿਊਟੀਫੁਲ ਸੂਟ, ਥੈਂਕ ਯੂ ਜੀ। ਅਤੇ ਨੈਕਸਟ ਵਿੱਚ ਕਹਿੰਦੇ ਆ ਜੀ, ਫੈਬਰਿਕ ਬਹੁਤ ਹੀ ਜ਼ਿਆਦਾ ਸੋਹਣਾ ਅਤੇ ਵਰਕ ਵੀ ਬਹੁਤ ਸੋਹਣਾ, ਗੁੱਡ ਜੋਬ, ਥੈਂਕਸ। ਅਤੇ ਨੈਕਸਟ ਵਿੱਚ ਕਹਿੰਦੇ ਆ, ਥੈਂਕ ਡੀਅਰ, ਦੁਪੱਟਾ ਮਿਲ ਗਿਆ, ਆਪਕੀ ਡੀਲਿੰਗ ਬਹੁਤ ਅੱਛੀ ਹੈ, ਫਾਨੂ ਸਟਾਈਲ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ, ਥੈਂਕ ਯੂ ਜੀ। ਅਤੇ ਨੈਕਸਟ ਵਿੱਚ ਕਹਿੰਦੇ ਆ, ਟੂਡੇ ਮੈਮ ਆਈ ਰਿਸੀਵਡ ਮਾਈ ਪਾਰਸਲ, ਥੈਂਕ ਯੂ ਸੋ ਮੱਚ, ਇਟਸ ਵੈਰੀ ਬਿਊਟੀਫੁਲ ਸੂਟ ਮੈਮ, ਥੈਂਕ ਯੂ ਜੀ। ਅਤੇ ਹੁਣ ਆਪਾਂ ਸੂਟ ਦੇਖਦੇ ਹਾਂ ਜੀ। ਨੈਕਸਟ ਸੂਟ ਆ ਗਿਆ ਕਰੇਪ ਦੇ ਉੱਤੇ, ਸੋ ਇਹਦੇ 'ਤੇ ਪੂਰੇ ਫਰੰਟ 'ਤੇ ਹੈਵੀ ਵਰਕ ਹੋਇਆ ਹੋਇਆ, ਆ ਵੇਖੋ, ਤੁਹਾਨੂੰ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਕਿਉਂਕਿ ਨੈੱਕ ਨਹੀਂ ਬਣਿਆ, ਸਾਰੇ ਸੂਟ ਦੇ ਉੱਤੇ ਹੀ ਫਰੰਟ ਬਣਿਆ ਹੋਇਆ, ਆ ਵੇਖੋ। ਇਹ ਹੋ ਗਈ ਸ਼ਰਟ, ਅਤੇ ਆਹ ਵਾਲਾ ਬਾਹਾਂ 'ਤੇ ਵਰਕ ਆ, ਆਹ ਸ਼ੋਲਡਰ 'ਤੇ ਆਜੂਗਾ, ਬਾਂਹ ਦੀ ਮੂਰੀ 'ਤੇ ਆਜੂਗਾ, ਅਤੇ ਸੇਮ ਵਰਕ ਹੀ ਇਹਦੇ ਪੌਂਚਿਆਂ ਦੇ ਉੱਤੇ ਵੀ ਆ, ਆ ਵੇਖੋ। ਸੋ ਫਾਈਨਲ ਲੁੱਕ ਦੇਖੋ ਸੂਟ ਦੀ, ਸਟਿਚ ਹੋਣ ਤੋਂ ਬਾਅਦ ਇੱਦਾਂ ਦੀ ਆਊਗੀ। ਨਾਲ ਇਹਦੇ ਦੁਪੱਟਾ ਹੈਗਾ ਚਨੋਨ ਦਾ, 4 ਸਾਈਡ ਬਣਿਆ ਹੋਇਆ ਅਤੇ ਸੈਂਟਰ ਦੇ ਵਿੱਚ ਬੂਟੀਆਂ ਨੇ। ਸੋ ਤੁਸੀਂ ਐਜ਼ ਏ ਬ੍ਰਾਈਡਲ ਜਾਂ ਜਿਨ੍ਹਾਂ ਦਾ ਨਵਾਂ ਨਵਾਂ ਵਿਆਹ ਹੋਇਆ ਉਦੋਂ ਪਾਉਂਗੇ ਤਾਂ ਬਹੁਤ ਯੂਨੀਕ ਜਿਹਾ ਲੱਗੂਗਾ ਸੂਟ ਜੀ। ਨੈਕਸਟ ਸੂਟ ਆ ਗਿਆ ਸ਼ਿਮਰ ਦੇ ਉੱਤੇ, ਸੋ ਬਨਾਰਸੀ ਸ਼ਿਮਰ ਦੇ ਉੱਤੇ ਸੂਟ ਬਣਿਆ, ਸੈਲਫ ਪ੍ਰਿੰਟ ਸੂਟ ਆ ਅਤੇ ਉਹਦੇ 'ਤੇ ਦਬਕੇ ਦਾ ਵਰਕ ਹੋਇਆ ਹੋਇਆ, ਆ ਵੇਖੋ। ਸੋ ਤੁਹਾਨੂੰ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਕਿਉਂਕਿ ਪੂਰਾ ਫਰੰਟ ਹੀ ਬਣਿਆ ਹੋਇਆ, ਸੂਟ ਦਾ ਲੈਂਥ ਤੁਸੀਂ ਆਪਣੇ ਅਕੋਰਡਿੰਗ ਰੱਖ ਸਕਦੇ ਹੋ। ਆਹ ਵਾਲਾ ਵਰਕ ਬਾਹਾਂ ਦੇ ਉੱਤੇ ਆਊਗਾ, ਇਹਦੇ ਨਾਲ ਪਿਓਰ ਕਰੇਪ ਦੀ ਬੋਟਮ ਆ, ਤੁਸੀਂ ਸ਼ਰਾਰਾ, ਲਹਿੰਗਾ, ਸਲਵਾਰ ਸੂਟ ਕੁਛ ਵੀ ਸਟਿਚ ਕਰਾ ਸਕਦੇ ਹੋ, ਅਤੇ ਨਾਲ ਵੈਲਵੇਟ ਦਾ ਸਟੋਲ ਆ ਅਤੇ ਉਹਦੇ 'ਤੇ ਵੀ ਹੈਂਡ ਵਰਕ ਹੋਇਆ ਹੋਇਆ, ਵੇਖੋ ਮਹਿੰਦੀ ਕਲਰ ਦੇ ਵਿੱਚ। ਸੋ ਲਾਈਟ ਪਿਸਤਾ ਦੇ ਸ਼ੇਡ ਦੀ ਸ਼ਰਟ ਅਤੇ ਬੋਟਮ ਆ, ਅਤੇ ਮਹਿੰਦੀ ਕਲਰ ਦੇ ਵਿੱਚ ਸ਼ਾਲ ਆ, ਸੋ ਇਹ ਚੀਜ਼ ਵੀ ਬਹੁਤ ਸੋਹਣੀ ਲੱਗਦੀ ਆ।
ਜੀ ਨੈਕਸਟ ਸੂਟ ਆ ਗਿਆ ਹੈ ਪੂਰਾ ਆਲ ਓਵਰ ਵੈਲਵੇਟ ਦਾ ਸੂਟ ਆ ਰੈੱਡ ਕਲਰ ਦੇ ਉੱਤੇ ਇਹਦਾ ਵੀ ਨੈਕ ਬਣਿਆ ਹੋਇਆ ਸੋ ਤੁਸੀਂ ਇਹਨੂੰ ਏ ਸ਼ੇਪ ਫਰੋਕ ਸੂਟ ਕੁਛ ਵੀ ਸਟਿਚ ਕਰਾ ਸਕਦੇ ਹੋ ਬਹੁਤ ਸੋਹਣੀ ਲੁੱਕ ਆਊਗੀ ਨੀਚੇ ਲੋਕਾਂ ਦਾ ਘੇਰਾ ਨਹੀਂ ਹੈਗਾ ਬਣਿਆ ਹੋਇਆ ਅਤੇ ਇਹਦੀਆਂ ਸਲੀਵਸ ਬਹੁਤ ਹੈਵੀ ਬਣੀਆਂ ਨੇ ਹਾਂ ਵੇਖੋ ਸਾਰਾ ਹੈਂਡਵਰਕ ਦੇ ਉੱਤੇ ਸੋ ਇਹ ਪੂਰਾ ਆਲ ਓਵਰ ਵੈਲਵੇਟ ਦਾ ਸੂਟ ਆ ਅਤੇ ਨਾਲ ਇਹਦੇ ਪਿਓਰ ਔਰਗੈਨਜ਼ਾ ਸ਼ਿਮਰ ਦਾ ਦੁਪੱਟਾ ਸੋ ਡਾਰਕ ਸੂਟ ਦੇ ਨਾਲ ਲਾਈਟ ਦੁਪੱਟੇ ਦਾ ਕਲਰ ਕੋਂਬੀਨੇਸ਼ਨ ਆ ਬਹੁਤ ਸੋਹਣੀ ਲੁੱਕ ਆਊਗੀ ਸਟਿਚ ਹੋਣ ਤੋਂ ਬਾਅਦ ਤੁਸੀਂ ਜਾਗੋ ਅਤੇ ਵਿਆਹ 'ਤੇ ਪਾਓਗੇ ਪਾਇਆ ਹੋਇਆ ਬਹੁਤ ਯੂਨੀਕ ਜਿਹਾ ਲੱਗੂਗਾ ਆ ਵੇਖੋ ਸੋ ਇਹ ਹੋ ਗਏ ਸਾਰੇ ਆਪਣੇ ਅੱਜ ਦੇ ਸੂਟ ਤੁਹਾਨੂੰ ਜਿਹੜਾ ਵੀ ਸੂਟ ਪਸੰਦ ਆਇਆ ਸਕਰੀਨਸ਼ੋਟ ਲੈ ਕੇ ਸਾਨੂੰ ਮੈਸੇਜ ਕਰ ਦਿਓ ਵਟਸਐਪ 'ਤੇ ਤੁਸੀਂ ਇੰਸਟਾਗ੍ਰਾਮ 'ਤੇ ਹੀ ਮੈਸੇਜ ਕਰ ਸਕਦੇ ਹੋ ਆਪਾਂ ਤੁਹਾਡਾ ਕੋਰੀਅਰ ਕਰ ਦਾਂਗੇ ਤੁਸੀਂ ਇੱਥੇ ਆ ਕੇ ਵੀ ਸੂਟ ਲੈ ਸਕਦੇ ਹੋ ਸਾਡੇ ਸਟੋਰ 'ਤੇ ਫਾਨੋ ਸੈਲ ਮੁੱਲਾਪੁਰ ਲੈ ਕੇ ਸਰਚ ਕਰੋਗੇ ਤੁਹਾਨੂੰ ਪ੍ਰੋਪਰ ਸਟੋਰ ਦੀ ਲੋਕੇਸ਼ਨ ਮਿਲ ਜੂਗੀ ਬਾਕੀ ਆਪਾਂ ਕੈਸ਼ ਔਨ ਡਿਲੀਵਰੀ ਪੂਰੇ ਇੰਡੀਆ ਦੇ ਵਿੱਚ ਕਰਦੇ ਹਾਂ ਸ਼ਿਪਿੰਗ ਵੀ ਫ੍ਰੀ ਹੁੰਦੀ ਹੈ ਅਤੇ ਆਪਾਂ ਇੰਟਰਨੈਸ਼ਨਲ ਵੀ ਕੋਰੀਅਰ ਕਰਦੇ ਹਾਂ ਜੇ ਤੁਹਾਡਾ ਬਿੱਲ 40,000 ਤੋਂ ਵੱਧ ਬਣਦਾ ਸ਼ਿਪਿੰਗ ਤੁਹਾਨੂੰ ਬਿਲਕੁਲ ਫ੍ਰੀ ਕਰਾਂਗੇ ਸੋ ਬਲਕ ਸੂਟ ਦੇਖਣ ਲਈ ਵੀ ਸਾਨੂੰ ਵੀਡੀਓ ਕਾਲ ਕਰ ਸਕਦੇ ਹੋ ਇੰਡੀਆ ਦੇ ਟਾਈਮਿੰਗ ਦੇ ਹਿਸਾਬ ਨਾਲ ਸੁਬਾਹ 9:30 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹੁਣ ਆਪਾਂ ਕਰਦੇ ਹਾਂ ਵੀਡੀਓ ਦਾ ਐਂਡ ਫਿਰ ਮਿਲਦੇ ਹਾਂ ਨਵੀਂ ਨਵੀਂ ਵੀਡੀਓ ਨਾਲ ਨਵੇਂ ਨਵੇਂ ਸੋਹਣੇ ਸੋਹਣੇ ਸੂਟਾਂ ਦੇ ਨਾਲ ਸਤਿ ਸ਼੍ਰੀ ਅਕਾਲ ਜੀ